ਚਲੋ ਹੁਣ ਰਿੰਗ ਚੁੰਬਕਾਂ ਨਾਲ ਖੇਡੀਏ ਅਤੇ ਇੱਕ ਅਦਭੁਤ ਖਿਡੌਣਾ ਬਣਾਈਏ। ਤੁਹਾਨੂੰ ਇਸ ਲਈ ਰਿੰਗ ਚੁੰਬਕ, ਸਾਈਕਲ ਦੇ ਸਪੋਕ ਅਤੇ ਹੋਰ ਕੁਝ ਸਮਾਨ ਚਾਹੀਦਾ ਹੈ। ਹੁਣ ਸਪੋਕ ਵਿੱਚ ਇੱਕ ਪਲਾਸਟਿਕ ਦਾ ਮੋਤੀ ਅਤੇ ਗੱਤੇ ਦਾ ਪੱਖਾ ਪਾਓ। ਉੱਪਰੋਂ ਰਿੰਗ ਚੁੰਬਕ ਪਾਓ। ਚੁੰਬਕ ਘੁੰਮੇਗਾ ਤੇ ਹੌਲੀ ਜਿਹੀ ਹੇਠਾਂ ਆਵੇਗਾ। ਇਹ ਸਪੋਕ ਦੇ ਨੀਚਲੇ ਹਿੱਸੇ ਵਿੱਚ ਵਾਈਬ੍ਰੇਸ਼ਨ ਪੈਦਾ ਕਰੇਗਾ। ਇਹ ਗੱਤੇ ਦੇ ਪੱਖੇ ਨੂੰ ਹਿੱਲਣ ਵਿੱਚ ਮਦਦ ਕਰੇਗਾ। ਇਹ ਤਜ਼ਰਬਾ ਹੁਣ ਨਿਊਟਨ ਦੀ ਰੰਗਦਾਰ ਡਿਸਕ ਅਤੇ ਸਟਰਾਅ ਦੇ ਟੁਕੜੇ ਦੀ ਮਦਦ ਨਾਲ ਦੁਬਾਰਾ ਕਰੋ। ਸਟਰਾਅ ਹਵਾ ਵਿੱਚ ਟੰਗੀ ਨਜ਼ਰ ਆਵੇਗੀ।